ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਬਲਜੀਤ ਸਿੰਘ। ਅੱਗੇ ਆਪਾਂ ਫਿਫਥ ਕੁਐਸਚਨ ਦੇਖਦੇ ਹਾਂ 14.2 ਦਾ। ਇਹਦੇ 'ਚ ਬਹੁਲਕ ਪਤਾ ਕਰਦੇ ਪਏ ਹਾਂ। ਕਹਿੰਦਾ, ਦਿੱਤੀ ਹੋਈ ਵੰਡ ਸਾਰਨੀ ਵਿਸ਼ਵ ਦੇ ਕੁਛ ਵਧੀਆ ਬੱਲੇਬਾਜ਼ਾਂ ਦੁਆਰਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬਣਾਈ ਗਈਆਂ ਦੌੜਾਂ ਨੂੰ ਦਰਸਾਉਂਦੀ ਹੈ। ਠੀਕ ਹੈ ਜੀ, ਇਹਨਾਂ ਅੰਕੜਿਆਂ ਦਾ ਕੀ ਪਤਾ ਕਰਨ ਨੂੰ ਸਾਨੂੰ ਕਿਹਾ ਹੈ? ਬਹੁਲਕ ਪਤਾ ਕਰਨ ਨੂੰ ਕਿਹਾ ਹੈ, ਸਿਰਫ ਬਹੁਲਕ ਪਤਾ ਕਰਨਾ, ਕੋਈ ਮਧਮਾਨ ਨਹੀਂ ਪਤਾ ਕਰਨਾ। ਠੀਕ ਹੈ ਜੀ, ਤਾਂ ਤੁਹਾਨੂੰ ਬਹੁਲਕ ਅਤੇ ਮਧਮਾਨ ਦੋਨੋਂ ਵੀ ਆ ਸਕਦੇ ਆ। ਬਣਾਈ ਗਈਆਂ ਦੌੜਾਂ ਕਿੰਨੀਆਂ ਨੇ? 3000 ਤੋਂ 4000 ਤੱਕ ਦੌੜਾਂ ਬਣਾਉਣ ਵਾਲੇ, ਕੋਈ 3150, ਕੋਈ 3250, ਕੋਈ 3400, ਕੋਈ 3700, ਇੱਦਾਂ ਬੱਲੇਬਾਜ਼ ਕਿੰਨੇ ਆ? 4 ਨੇ। ਸਾਨੂੰ ਬੱਲੇਬਾਜ਼ਾਂ ਦੀ ਕੁੱਲ ਗਿਣਤੀ ਵੀ ਨਹੀਂ ਦੱਸੀ ਹੈਗੀ, ਤਾਂ ਸਾਨੂੰ ਸਿਗਮਾ ਐਫ ਆਈ ਦੀ ਲੋੜ ਵੀ ਨਹੀਂ ਹੈਗੀ। ਠੀਕ ਹੈ ਜੀ, ਅਸੀਂ ਕਿਹੜਾ ਮਧਮਾਨ ਪਤਾ ਕਰਨਾ ਹੈ ਕਿ ਸਾਰਿਆਂ ਨੂੰ ਜੋੜ ਵੀ ਕਰੀਏ। ਉਸ ਤੋਂ ਬਾਅਦ 4000 ਤੋਂ 5000 ਤੱਕ ਸਕੋਰ ਕਰਨ ਵਾਲੇ ਬੱਲੇਬਾਜ਼ ਕਿੰਨੇ ਨੇ? ਜਿਨ੍ਹਾਂ ਨੇ ਸਕੋਰ ਵਧੀਆ ਬਣਾਏ ਨੇ, ਦੌੜਾਂ ਬਣਾਈਆਂ ਨੇ, ਉਹ ਕਿੰਨੇ ਨੇ? 18। 5000 ਤੋਂ 6000 ਤੱਕ ਬਣਾਉਣ ਵਾਲੇ ਕਿੰਨੇ? 9। ਇਹਦੇ ਸਾਰਿਆਂ ਨਾਮ ਗਿਵਨ ਹੈ। 10000 ਤੋਂ 11000 ਵਾਲੇ ਕਿੰਨੇ ਆ? 1। ਠੀਕ ਹੈ ਜੀ, ਤਾਂ ਇਹਦੇ 'ਚ ਹੁਣ ਸਭ ਤੋਂ ਪਹਿਲਾਂ ਕੀ ਪਤਾ ਕਰਨਾ ਸੀ? ਬਹੁਲਕ ਵਰਗੀ ਪਤਾ ਕਰਨਾ, ਉਹ ਕੌਣ ਹੈ? 18। ਤਾਂ ਜਿਹੜਾ ਬਹੁਲਕ ਆਏਗਾ ਉਹ ਕਿਹਦੇ ਵਿੱਚ ਆਏਗਾ? 4000 ਤੋਂ 5000 ਦੇ ਵਿੱਚ ਸਾਡਾ ਆਂਸਰ ਆਉਣਾ ਚਾਹੀਦਾ। ਜੇ 4000 ਤੋਂ 5000 ਦੇ ਵਿੱਚ ਸਾਡਾ ਆਂਸਰ ਨਹੀਂ ਆਉਂਦਾ, ਤਾਂ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ਼ ਕੌਣ ਨੇ? 18 ਬੱਲੇਬਾਜ਼ ਇੱਦਾਂ ਦੇ ਨੇ ਜਿਨ੍ਹਾਂ ਨੇ 4000 ਤੋਂ 5000 ਤੱਕ ਦੌੜਾਂ ਬਣਾਈਆਂ ਨੇ, ਪਰ ਪਰਟੀਕੁਲਰ ਦੌੜਾਂ ਕਿੰਨੀਆਂ ਨੇ ਉਹਨਾਂ ਦੀਆਂ ਉਹ ਸਾਨੂੰ ਪਤਾ ਨਹੀਂ ਹੈ, ਤਾਂ ਅਸੀਂ ਉਹਦਾ ਬਹੁਲਕ ਲੱਭਾਂਗੇ। ਕਲੀਅਰ ਚੀਜ਼ ਹੈ, ਕੁਐਸਚਨ ਬਹੁਤ ਸੌਖਾ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਫਿਰ ਅਸੀਂ ਇਹਦਾ ਟੇਬਲ ਬਣਾ ਲੈਂਦੇ ਹਾਂ। ਟੇਬਲ ਦੇ ਸਾਡੇ ਕੋਲ ਕੀ ਆ? ਦੋ ਚੀਜ਼ਾਂ ਹੀ ਬਣਨਗੀਆਂ ਸਾਡੇ ਕੋਲ। ਬੱਲੇਬਾਜ਼ਾਂ ਨੇ ਕਿੰਨੀਆਂ ਦੌੜਾਂ ਬਣਾਈਆਂ? ਬੱਲੇਬਾਜ਼ਾਂ ਜਾਂ ਬਣਾਈਆਂ ਗਈਆਂ ਆਪਾਂ ਇੱਥੇ ਲਿਖ ਲੈਂਦੇ, ਆਪਾਂ ਸਿਰਫ ਇੱਥੇ ਲਿਖ ਲੈਂਦੇ ਹਾਂ ਦੌੜਾਂ, ਵੀ ਕਿੰਨੀਆਂ ਦੌੜਾਂ ਬਣਾਈਆਂ, ਕਿੰਨੇ ਸਕੋਰ ਬਣਾਇਆ। ਇੱਥੇ ਅਸੀਂ ਲਿਖ ਲੈਂਦੇ ਹਾਂ ਬੱਲੇਬਾਜ਼ਾਂ ਦੀ ਸੰਖਿਆ, ਉਹਨਾਂ ਦੀ ਸੰਖਿਆ ਕਿੰਨੀ ਹੈਗੀ ਆ। 3000 ਤੋਂ 4000 ਤੱਕ ਬਣਾਉਣ ਵਾਲੇ, ਫਿਰ ਕੀ ਆ? 11000 ਤੱਕ ਇਹ। 4000 ਤੋਂ 5000, 5000 ਤੋਂ 6000, 6000 ਤੋਂ 7000 ਤੱਕ, 7000 ਤੋਂ 8000 ਤੱਕ, 8000 ਤੋਂ 9000 ਤੱਕ, 9000 ਤੋਂ 10000 ਤੱਕ, ਅਤੇ 10000 ਤੋਂ 11000 ਤੱਕ। ਤਾਂ ਕਿੰਨੇ ਕਿੰਨੇ ਬੱਲੇਬਾਜ਼ ਦੀ ਸਾਨੂੰ ਸੰਖਿਆ ਗਿਵਨ ਹੈ? ਬੱਲੇਬਾਜ਼ ਕਿੰਨੇ ਕਿੰਨੇ ਆ ਸਾਡੇ ਕੋਲ? ਬੱਲੇਬਾਜ਼ ਸਾਡੇ ਕੋਲ ਕਿੰਨੇ ਨੇ? ਇਹ 3000 ਤੋਂ 4000 ਤੱਕ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਕਿੰਨੇ ਆ? 4 ਆ। ਇਹਦਾ ਸਾਰਿਆਂ ਦੀ ਸੰਖਿਆ ਸਾਨੂੰ ਗਿਵਨ ਕਰਤੀ ਹੈ, 9, 7, 6, 3, 1, 1। ਠੀਕ ਹੈ ਜੀ, ਸਭ ਤੋਂ ਵੱਧ ਕੌਣ ਨੇ? 18 ਵਾਲੇ। ਇਹੀ ਮੇਰੇ ਕੋਲ ਕੀ ਆ? ਬਹੁਲਕ ਵਰਗ। ਤਾਂ ਬਹੁਲਕ ਵਰਗ ਆ ਗਿਆ ਮੇਰੇ ਕੋਲ ਕਿਹੜਾ? 4000 ਤੋਂ 5000 ਪਲ। ਇਹਦੀ ਹੇਠਲੀ ਸੀਮਾ ਇਹ ਮੇਰੇ ਕੋਲ ਕੀ ਹੋ ਗਈ? ਐਲ। ਇਹ ਕਿੰਨੀ ਆ ਗਈ ਮੇਰੇ ਕੋਲ? 4000। ਦੋਨਾਂ ਦਾ ਡਿਫਰੈਂਸ ਹੈ ਨਾ, ਦੋਨਾਂ ਦਾ ਅੰਤਰ ਕਿੰਨਾ ਹੋਏਗਾ ਮੇਰੇ ਕੋਲ? 5000 ਮਾਈਨਸ 4000, ਉਹ ਕਿੰਨਾ ਆ ਗਿਆ ਮੇਰੇ ਕੋਲ? 1000। ਤਾਂ ਜਿਹੜੀ ਇਹਦੀ ਫ੍ਰੀਕੁਐਂਸੀ ਹੈ, ਇਹ ਬਹੁਲਕ ਵਰਗ ਦੀ ਫ੍ਰੀਕੁਐਂਸੀ ਹੈ, ਇਹ ਮੇਰੇ ਕੋਲ ਕੀ ਹੁੰਦੀ ਹੈ? F1। ਇਹ ਤੋਂ ਪਹਿਲਾਂ ਵਾਲੀ ਕੀ ਹੁੰਦੀ ਹੈ? F0। ਇਹ ਤੋਂ ਅਗਲੇ ਵਾਲੀ ਕੀ ਹੁੰਦੀ ਹੈ? F2। ਤਾਂ ਮੇਰੇ ਕੋਲ F0 ਕਿੰਨਾ ਆ ਗਿਆ? 4। F1 ਕਿੰਨਾ ਆ ਗਿਆ ਮੇਰੇ ਕੋਲ? 18। ਅਤੇ F2 ਕਿੰਨਾ ਆ ਗਿਆ ਮੇਰੇ ਕੋਲ? 9। ਸਾਰੀਆਂ ਵੈਲਿਊ ਪਤਾ ਲੱਗ ਗਈਆਂ, ਫਾਰਮੂਲੇ 'ਚ ਪੁੱਟ ਕਰੋ। ਫਾਰਮੂਲਾ ਸਾਡੇ ਕੋਲ ਕੀ ਆ? ਸਿੰਪਲ ਜਿਹਾ ਫਾਰਮੂਲਾ, ਬਹੁਲਕ ਇਜ ਇਕਲ ਟੂ ਐਲ ਪਲੱਸ F1 ਮਾਈਨਸ F0, F1 ਮਾਈਨਸ F0 ਮਾਈਨਸ F2। ਇੱਥੇ ਵੀ ਅਗਰ 2 ਲੱਗਦਾ, ਮਲਟੀਪਲਾਈ H ਕਰ ਦਿੰਦੇ ਹਾਂ ਆਪਾਂ। ਕਲੀਅਰ ਸਾਡੇ ਕੋਲ ਚੀਜ਼ ਇਹ? ਤਾਂ ਕੀ ਚੀਜ਼ਾਂ ਆ ਗਏ ਸਾਡੇ ਕੋਲ? ਇਹ 4000 ਪਲੱਸ ਕਿੰਨਾ ਆ ਗਿਆ ਸਾਡੇ ਕੋਲ? ਇਹ 18 ਮਾਈਨਸ 4 ਡਿਵਾਈਡ ਬਾਈ 2 ਗੁਣਾ 18 ਮਾਈਨਸ 4 ਮਾਈਨਸ 9 ਗੁਣਾ ਕਿੰਨਾ ਗਿਆ ਮੇਰੇ ਕੋਲ? ਇਹ 1000। ਇਹ ਕਿੰਨਾ ਬਣ ਗਿਆ ਮੇਰੇ ਕੋਲ? 4000 ਪਲੱਸ 18 ਮਾਈਨਸ 9 ਕਿੰਨਾ ਗਿਆ ਮੇਰੇ ਕੋਲ? 18 ਮਾਈਨਸ 4 ਕਿੰਨਾ ਗਿਆ ਮੇਰੇ ਕੋਲ? 14। 18 ਦੂਣਾ 36 ਮਾਈਨਸ 9 10 11 12 13 ਗੁਣਾ 1000। ਕਲੀਅਰ ਜੀ, ਉਹ ਤੋਂ ਪਤਾ ਮੇਰੇ ਕੋਲ ਕੀ ਬਣ ਗਿਆ ਫਿਰ? ਇਹ 4000 ਪਲੱਸ 14/36 ਮਾਈਨਸ 13 ਕਿੰਨਾ ਗਿਆ ਮੇਰੇ ਕੋਲ? 23 ਗੁਣਾ 1000। ਕਲੀਅਰ ਜੀ, ਇਹ ਮੇਰੇ ਕੋਲ ਬਣ ਗਿਆ 14000। 4000 ਪਲੱਸ 14000, ਇਹਨੂੰ ਮੈਂ ਇਹਦੇ ਨਾਲ ਮਲਟੀਪਲਾਈ ਕਰਤਾ, ਬੜਾ ਮੇਰੇ ਕੋਲ ਬਣ ਗਿਆ 23। 23 ਨਾਲ ਇਹਨੂੰ ਮੈਂ ਕੈਂਸਲ ਕਰਤਾ, 23 ਨਾਲ ਕੈਂਸਲ ਕਰਤਾ, ਮੇਰੇ ਕੋਲ ਕਿੰਨਾ ਬਚ ਗਿਆ ਇਹ? 4000 ਪਲੱਸ ਇਹਨੂੰ ਕੈਂਸਲ ਕਰਨ 'ਤੇ ਮੇਰੇ ਕੋਲ ਕਿੰਨਾ ਆ ਜਾਏਗਾ? 608.7। ਦੋਨਾਂ ਨੂੰ ਮੈਂ ਜੋੜ ਕਰ ਦੂੰਗਾ, ਕਿੰਨਾ ਆ ਜਾਏਗਾ ਮੇਰੇ ਕੋਲ? 4608.7। ਕਲੀਅਰ ਜੀ, ਇਹ ਮੇਰੇ ਕੋਲ ਮੇਰਾ ਕੀ ਆ ਗਿਆ? ਬਹੁਲਕ। ਅਤੇ ਧਿਆਨ ਨਾਲ ਫਿਰ ਦੇਖੋ ਕਿ ਇਹ ਉਸੇ ਦੇ ਵਿਚਕਾਰ ਲਾਈ ਕਰਦਾ? ਬਿਲਕੁਲ ਲਾਈ ਕਰਦਾ। 4608 ਜਿਹੜਾ ਹੈ ਇਹਦੇ ਵਿੱਚ ਲਾਈ ਕਰਦਾ ਹੈ, ਜਿਹਦੀ ਸਭ ਤੋਂ ਵੱਧ ਫ੍ਰੀਕੁਐਂਸੀ ਸੀਗੀ, ਜਿਹਦੀ ਸਭ ਤੋਂ ਵੱਧ ਬਾਰੰਬਾਰਤਾ ਸੀ 18 ਵਾਲੇ ਦੇ, ਬਿਲਕੁਲ ਉਹਦੇ ਵਿੱਚ ਹੀ ਆਉਂਦਾ ਪਿਆ ਹੈ। ਕਲੀਅਰ ਚੀਜ਼,
ਇਹ ਸੀ ਸਾਡੇ ਕੋਲ ਪੰਜਵਾਂ ਕੁਐਸਚਨ 14 ਪੁਆਇੰਟ, ਦੋ ਐਕਸਰਸਾਈਜ਼ ਦਾ ਫਿਫਥ ਕੁਐਸਚਨ, ਠੀਕ ਹੈ ਜੀ। ਇਹ ਵੀਡੀਓ ਲੈਕਚਰ ਜੇ ਤੁਹਾਨੂੰ ਪਸੰਦ ਆਉਂਦਾ ਲਾਈਕ ਕਰ ਸਕਦੇ ਹੋ, ਜੇ ਨਹੀਂ ਪਸੰਦ ਡਿਸਲਾਈਕ ਵੀ ਕਰ ਸਕਦੇ ਹੋ, ਕੋਈ ਕੁਐਸਚਨ ਹੈ ਪੁੱਛ ਸਕਦੇ ਹੋ। ਇਹ ਵੀਡੀਓ ਲੈਕਚਰ ਦੇਖਣ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।